ਜ਼ਿਲ੍ਹਾ ਗੁਰਦਾਸਪੁਰ ਤੋਂ ਲੋਕ ਸਭਾ ਹਲਕਾ ਗੁਰਦਾਸਪੁਰ ਤੋਂ ਉਮੀਦਵਾਰ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦੇ ਹੱਕ ਵਿੱਚ ਚੋਣ ਪ੍ਰਚਾਰ ਕਰਨ ਆ ਰਹੇ ਸਨ। ਭਗਵੰਤ ਸਿੰਘ ਮਾਨ ਜੋ ਕਿ ਕਲਾਨੌਰ ਬਾਬਾ ਕਾਰ ਸਟੇਡੀਅਮ ਦੇ ਵਿੱਚ ਪਹੁੰਚ ਰਹੇ ਸਨ, ਕੋਈ ਐਮਰਜੈਂਸੀ ਹੋਣ ਕਾਰਨ ਨਹੀਂ ਪਹੁੰਚ ਸਕੇ। ਜਿਸ ਸਟੇਡੀਅਮ ਦੇ ਵਿੱਚ ਇਹ ਸਾਰਾ ਪ੍ਰੋਗਰਾਮ ਕਰਵਾਇਆ ਜਾ ਰਿਹਾ ਸੀ, ਦੱਸ ਦਈਏ ਉਸ ਸਟੇਡੀਅਮ ਦੇ ਲਾਂਘੇ ਖੇਤਰ ਜਿਹੜੇ ਨੇ ਖੇਤਾਂ ਦੇ ਵਿੱਚ ਕੁਝ ਸ਼ਰਾਰਤੀ ਅਨਸਰਾਂ ਦੇ ਵੱਲੋਂ ਅੱਗ ਲਗਾ ਦਿੱਤੀ ਜਾਂਦੀ ਹੈ ਅਤੇ ਅੱਗ ਦੇ ਨਾਲ ਕੋਈ ਜਾਨੀ ਮਾਨੀ ਨੁਕਸਾਨ ਤਾਂ ਨਹੀਂ ਹੋਇਆ, ਪਰ ਅੱਗ ਨੂੰ ਕਾਬੂ ਪਾ ਲਿਆ ਗਿਆ, ਪਰ ਸਾਰੇ ਹੀ ਪੰਡਾਲ ਦੇ ਵਿੱਚ ਧੂੰਆਂ ਧੂੰਆਂ ਹੋ ਗਿਆ ਅਤੇ ਮੌਸਮ ਦੀ ਗੜਬੜੀ ਹੋਣ ਕਾਰਨ ਅੱਗ ਕਾਫੀ ਜ਼ਿਆਦਾ ਫੈਲ ਗਈ ਸੀ ਅਤੇ ਮੌਸਮ ਦੀ ਖਰਾਬੀ ਕਾਰਨ ਵਕਤ ਤੋਂ ਪਹਿਲਾਂ ਹੀ ਪੰਡਾਲ ਜਿਹੜਾ ਹੈ ਉਹ ਖਿਲਰ ਗਿਆ ਅਤੇ ਰੈਲੀ ਨੂੰ ਰੱਦ ਕਰਨਾ ਪਿਆ। ਅਤੇ ਆਓ ਸੁਣਦੇ ਹਾਂ ਇਸ ਮੌਕੇ 'ਤੇ ਅਮਨ ਸ਼ੇਰ ਸਿੰਘ ਸ਼ਹਿਰੀ ਕਲਸੀ ਦਾ ਕੀ ਕਹਿਣਾ ਹੈ, ਕਿਸ ਤਰ੍ਹਾਂ ਨਾਲ ਉਹਨਾਂ ਨੇ ਇਸ ਦੇ ਉੱਤੇ ਜਿਹੜੀ ਹੈ ਆਪਣੀ ਵਿਚਾਰਧਾਰਾ ਸਾਂਝੀ ਕੀਤੀ। ਮੈਂ ਆਪ ਜੀ ਨੂੰ ਦੱਸਣ ਆਇਆ, ਇੱਕ ਤੇ ਤੁਹਾਨੂੰ ਸਭ ਤੋਂ ਵੱਡੀ ਗੱਲ ਹੈ, ਬਹੁਤ ਬਹੁਤ ਮੁਬਾਰਕਾਂ ਨੇ ਪਹਿਲੇ ਨੰਬਰ ਤੇ ਜਿਹੜੇ ਅੱਜ ਸੀਐਮ ਸਾਹਿਬ ਰਿਹਾ ਹੋ ਗਏ ਆ, ਮੁਬਾਰਕਾਂ ਨੇ ਅਰਵਿੰਦ ਕੇਜਰੀਵਾਲ ਜੀ। ਔਰ ਦੂਸਰੇ ਨੰਬਰ ਤੇ ਨੇਰੀ ਚੱਲੀ, ਤੂਫਾਨ ਆ ਗਿਆ, ਇਹਦਾ ਮਤਲਬ ਕੇਜਰੀਵਾਲ ਬਾਹਰ ਆ ਗਿਆ। ਮੈਂ ਆਪ ਜੀ ਨੂੰ ਦੱਸਣ ਲੱਗਾ, ਆ ਪਿੱਛੇ ਅੱਗ ਵੀ ਲੱਗੀ ਹੈ, ਅੱਖਾਂ ਨੂੰ ਗੈਸ ਚੜ ਰਹੀ ਹੈ ਜਿਸ ਤਰ੍ਹਾਂ ਅਥਰੂ ਗੋਲਿਆਂ ਦੀ ਗੈਸ ਹੁੰਦੀ ਹੈ। ਮੈਨੂੰ ਸੀਐਮ ਸਾਹਿਬ ਦਾ ਹੁਣੇ ਟੈਲੀਫੋਨ ਆਇਆ, ਕਹਿੰਦੇ ਅੱਗੇ ਸੰਗਰੂਰ ਦੇ ਵਿੱਚ ਵੀ ਜਾਂ ਪਹਿਲਾਂ ਮੇਰੀ ਕਿਸੇ ਰੈਲੀ ਦੇ ਵਿੱਚ ਉਹਨਾਂ ਨੇ ਕਿਹਾ ਵੀ ਇਸ ਤਰ੍ਹਾਂ ਕੋਈ ਕਾਰਵਾਈ ਹੋਈ ਸੀ, ਪਰ ਮੈਂ ਉਹ ਪ੍ਰੋਗਰਾਮ ਡਿਲੇ ਕਰ ਦਿੱਤਾ। ਉਹਦੇ ਨਾਲ ਇਹ ਆ ਵੀ ਸਾਨੂੰ ਸਭ ਤੋਂ ਪਹਿਲਾਂ ਜ਼ਰੂਰੀ ਤੁਹਾਡੀ ਜਾਨੀ ਮਾਲੀ ਦੀ ਸਿਹਤ ਦਾ ਖਿਆਲ ਰੱਖਣਾ ਹੈ। ਔਰ ਉਹਨਾਂ ਦਾ ਸੁਨੇਹਾ ਹੈ, ਸੰਦੇਸ਼ ਹੈ, ਜਦੋਂ ਉਹਨਾਂ ਨੂੰ ਪਤਾ ਲੱਗਾ ਵੀ ਕੇਜਰੀਵਾਲ ਸਾਹਿਬ ਰਿਹਾ ਹੋ ਗਏ, ਉਹਨਾਂ ਨੇ ਮੈਨੂੰ ਫੋਨ ਕਰਕੇ ਕਿਹਾ ਸ਼ਹਿਰੀ ਮੇਰਾ ਪਹੁੰਚਣਾ ਬਹੁਤ ਜ਼ਰੂਰੀ ਹੈ, ਮੈਂ ਚਾਹੁੰਦਾ ਉਹਨਾਂ ਨੂੰ ਮੈਂ ਬਾਹਰ ਲੈ ਕੇ ਆਵਾਂ, ਮੈਂ ਉਹਨਾਂ ਦੇ ਸਾਹਮਣੇ ਹੋਵਾਂ। ਉਹ ਸਾਰਾ ਹੀ ਕੰਮ ਛੱਡ ਕੇ ਉਹ ਦਿੱਲੀ ਨੂੰ ਰਵਾਨਾ ਹੋ ਚੁੱਕੇ ਨੇ, ਔਰ ਉਹਨਾਂ ਨੇ ਵਾਅਦਾ ਕੀਤਾ ਹੈ, ਉਹਨਾਂ ਨੇ ਵਾਅਦਾ ਕੀਤਾ ਹੈ ਜਿਹੜੀ ਡੇਰਾ ਬਾਬਾ ਨਾਨਕ ਦੀ ਰੈਲੀ ਦੀ ਤਿਆਰੀ ਅਸੀਂ ਕੀਤੀ ਸੀ ਉਹਦੇ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਜੀ ਆਪ ਆਉਣਗੇ। ਆਪ ਵਿਚਾਰ ਤੁਹਾਡੇ ਨਾਲ ਬਹੁਤ ਕਰਨੇ ਸੀ, ਪਰ ਮੌਸਮ ਵੇਖਦਿਆਂ ਹੋਇਆ, ਅੱਗ ਨੂੰ ਵੇਖਦਿਆਂ ਹੋਇਆ, ਮੈਂ ਨਹੀਂ ਚਾਹੁੰਦਾ ਕੋਈ ਅਨਸੁਖਾਵੀ ਘਟਨਾ ਸਾਡੇ ਪਰਿਵਾਰ ਦੇ ਜੀ ਨਾਲ ਵਾਪਰੇ। ਇਸੇ ਜਗ੍ਹਾ ਤੇ ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਜੀ ਰੈਲੀ ਨੀ ਰੈਲਾ ਕਰਕੇ ਵਿਖਾਵਾਂਗੇ ਤੁਹਾਨੂੰ। ਸੋ ਸਟੇਜ ਤੇ ਬਿਰਾਜਮਾਨ ਸਾਰੀ ਸੰਗਤ ਵੀ
ਹੁਣ ਸਾਰਾ ਹੀ ਟੈਂਟ ਵਾਲੇ ਦੇ ਤਰਪਾਲਾਂ ਤਰਪੂਲਾਂ ਪੜ ਗਈਆਂ ਨੇ ਤੇ ਮੈਨੂੰ ਲੱਗਦਾ ਹੁਣ ਇਹ ਵੀ ਡਿੱਗਣ ਵਾਲਾ ਜੀ। ਸੋ ਮੈਂ ਇੱਕੋ ਹੀ ਅਖੀਰਲੀ ਗੱਲ ਕਰੂੰਗਾ, ਬੜੇ ਬੜੇ ਤਗੜੇ ਧਨਾੜ ਲੀਡਰ ਨੇ, ਬੜੇ ਬੜੇ ਧੱਬੇ ਲਾਉਂਦੇ ਨੇ, ਬੜੀਆਂ ਬੜੀਆਂ ਬਦਨਾਮ ਕਰਨ ਦੀਆਂ ਕੋਸ਼ਿਸ਼ਾਂ ਕਰਦੇ ਨੇ, ਸਾਡੇ ਤੇ ਉਂਗਲਾਂ ਚੁੱਕਣ ਤੋਂ ਪਹਿਲਾਂ ਕਹਿੰਦੇ ਨਿਕਲੇ ਹੈ ਵੋ, ਨਿਕਲੇ ਹੈ ਵੋ ਲੋਕ ਹਮਾਰੀ ਸ਼ਖਸੀਅਤ ਬਿਗਾੜਨੇ ਕੇ ਲੀਏ, ਨਿਕਲੇ ਹੈ ਲੋਕ ਹਮਾਰੀ ਸ਼ਖਸੀਅਤ ਬਿਗਾੜਨੇ ਕੇ ਲੀਏ, ਕਿਰਦਾਰ ਜਿਨਕੇ ਖੁਦ ਮੁਰੰਮਤ ਮੰਗ ਰਹੇ ਹੈ। ਸਾਡੇ ਦੇ ਉਂਗਲਾਂ ਚੁੱਕਣ ਤੋਂ ਪਹਿਲਾਂ ਆਪਣੇ ਕਿਰਦਾਰਾਂ ਵੱਲ ਵੇਖ ਲਿਓ ਤੁਸੀਂ ਕੀ ਹੋ। ਔਰ ਮੈਂ ਇੱਥੇ ਹੀ ਆਪਣਾ ਕੰਮ ਅੱਜ ਸਮਾਪਤ ਕਰਨ ਲੱਗੇ, ਖਤਮ ਕਰਨ ਲੱਗੇ ਆ, ਇਸੇ ਜਗ੍ਹਾ ਤੇ ਸਮਾਂ ਦੇਵਾਂਗੇ। ਤੁਸੀਂ ਅੱਜ ਮੈਨੂੰ ਵੀਡੀਓ ਕਾਲ ਆਈ, ਸਾਰਾ ਪੰਡਾਲ ਭਰ ਚੁੱਕਿਆ ਸੀ, ਦੁਨੀਆ ਬਾਹਰ ਸੀ, ਪਰ ਮੌਸਮ ਦੇ ਅੱਗ ਕਰਕੇ ਡਰਾ ਕੇ ਕਿਤੇ ਨਾ ਕਿਤੇ ਅਸੀਂ ਵੀ ਚਾਹੁੰਦੇ ਹਾਂ ਵੀ ਕਿਸੇ ਦਾ ਨੁਕਸਾਨ ਨਾ ਹੋ ਜਾਵੇ। ਤੁਹਾਡੇ ਸਾਰਿਆਂ ਦਾ ਜਿੰਨੇ ਜਿੰਨੇ ਜੀ ਪਹੁੰਚੇ ਹੋ ਇੱਥੇ ਪਹੁੰਚਣ ਲਈ ਤਹਿ ਦਿਲੋਂ ਧੰਨਵਾਦ। ਅਗਲੀ ਵਾਰੀ ਹੋਰ ਤਗੜੇ ਹੋ ਕੇ ਆਪਾਂ ਨਿਕਲਾਂਗੇ। ਆਮ ਆਦਮੀ ਪਾਰਟੀ, ਬਹੁਤ ਬਹੁਤ ਧੰਨਵਾਦ। ਬੜਾ ਸਮਾਨ ਲੈ ਕੇ ਆਇਆ ਸਾਂ, ਪਰ ਹੁਣ ਅਗਲੀ ਰੈਲੀ ਦੇ ਇਸੇ ਜਗ੍ਹਾ ਤੇ ਕਰਾਂਗੇ ਆਪਾਂ। ਬਹੁਤ ਬਹੁਤ ਧੰਨਵਾਦ ਤੁਹਾਡਾ।